नगर काउंसिल छोड़ा तो बाद पहली बार लाइव हुए पंजाब में मुख्यमंत्री कैप्टन अमरिंदर सिंह। कैबिनेट मंत्री गुरप्रीत सिंह कांगड़ बने लाइव सेशन का हिस्सा। अमृत योजना तहत नगर काउंसिल की मदद नाल पंजाब परिवारों को 18 लाख रुपए के बंडे चेक। बहुत जल्द बनेगा रामपुरा फूल शहर का ओवरब्रिज। नगर काउंसिल चोणां च भारी बहुमत मिलन तो बाद पंजाब दे मुख्यमंत्री कैप्टन अमरिंदर सिंह लाइव सैशन जरिए लोगों के रूबरू होए। इस मौके जिथे उन्होंने नवे बने म्यूनसिपल काउंसलरां नूं बधाई दिती, उथे विकास दे कम्मां विच तेजी लियाउण दी गल भी कही। इस मौके स्थानिक भारतीया मॉडल स्कूल च कैप्टन अमरिंदर सिंह दे लाइव सैशन दा पंजाब दे कैबिनेट मंत्री गुरप्रीत कांगड़ भी हिस्सा बने। इस मौके सरदार कांगड़ ने नगर काउंसिल दे सहयोग दे नाल कच्चे मकानां नूं पक्का करन ਪੰਜਾਬ ਪਰਿਵਾਰਾਂ ਨੂੰ 18 ਲੱਖ ਰੁਪਏ ਦੇ ਚੈੱਕ ਵੰਡੇ ਤੇ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਤਰਜੀਹ ਦੇਣ ਦੀ ਗੱਲ ਕਹੀ। ਸਰਦਾਰ ਕਾਂਗੜ ਨੇ ਕਿਹਾ ਕਿ ਲੰਮੇ ਸਮੇਂ ਤੋਂ ਪੈਂਡਿੰਗ ਪਿਆ ਸ਼ਹਿਰ ਦਾ ਓਵਰ ਬ੍ਰਿਜ ਜਲਦ ਬਣਨਾ ਸ਼ੁਰੂ ਹੋ ਜਾਏਗਾ, ਜਿਸ ਦੀਆਂ ਤਿਆਰੀਆਂ ਤਕਰੀਬਨ ਪੂਰੀਆਂ ਹੋ ਚੁੱਕੀਆਂ ਨੇ। ਇਸ ਮੌਕੇ ਉਹਨਾਂ ਸ਼ਹਿਰ ਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਸ਼ਹਿਰ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਜਲਦ ਪੂਰਾ ਕੀਤਾ ਜਾਵੇ। ਦੇਖੋ, ਗੱਲ ਇਹ ਹੈ, ਜਿਹੜੀਆਂ ਮਿਊਂਸੀਪਲ ਦੀਆਂ ਤੇ ਨਗਰ ਪੰਚਾਇਤ ਦੀਆਂ ਚੋਣਾਂ ਹੋਈਆਂ ਸੀ, ਇਹਦੇ ਵਿੱਚ ਕਾਂਗਰਸ ਪਾਰਟੀ ਦਾ ਬਹੁਮਤ ਆਇਆ। ਲੋਕਾਂ ਨੇ ਜਿਹੜੇ 4 ਸਾਲ ਦੀ ਪੰਜਾਬ ਸਰਕਾਰ ਦੀ ਡਿਵੈਲਪਮੈਂਟ ਦੀ ਮੋਹਰ ਲਾਈ ਹੈ, ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ 'ਤੇ ਉਹਨਾਂ ਨੇ ਵਿਸ਼ਵਾਸ ਜਿਤਾਇਆ ਔਰ ਭਰੋਸਾ ਕੀਤਾ ਹੈ ਵੀ ਲਾਕਡਾਊਨ ਦੀ ਪੋਜੀਸ਼ਨ ਬੜੀ ਠੀਕ ਹੈ। ਜੋ ਨਸ਼ੇ ਸੀ ਬਹੁਤ ਜ਼ਿਆਦਾ, ਬਿਲਕੁਲ ਕੰਟਰੋਲ ਹੋ ਗਿਆ ਉਹਨਾਂ 'ਤੇ। ਅਤੇ ਜਿਹੜਾ ਵਿਕਾਸ ਹੈ, ਜਿਵੇਂ ਸੀਵਰੇਜ ਦਾ ਰੋਡ, ਸੀਵਰੇਜ ਸਾਡੇ ਸ਼ਹਿਰਾਂ ਦੇ ਵਿੱਚ ਬਹੁਤ ਜ਼ਿਆਦਾ ਮਾੜਾ ਹਾਲ ਸੀ, ਜਿਹੜਾ ਅੱਜ ਵੀ ਸੀਐਮ ਸਾਹਿਬ ਨੇ ਬੜੀ ਮਤਲਬ ਵਿਸਥਾਰ ਨਾਲ ਤੁਹਾਨੂੰ ਦੱਸਿਆ। ਵੱਡੇ ਵੱਡੇ ਸ਼ਹਿਰਾਂ ਦੇ ਵਿੱਚ 2000 ਰੁਪਈਆ ਲਾ ਕੇ, 2000 ਕਰੋੜ ਰੁਪਈਏ ਖਰਚ ਕਰਕੇ ਸੀਵਰੇਜ ਨੂੰ ਮੁਕੰਮਲ ਤੌਰ 'ਤੇ ਬਿਲਕੁਲ ਠੀਕ ਢੰਗ ਨਾਲ ਚਲਾਇਆ ਗਿਆ। ਇਸ ਕਰਕੇ ਸਾਰੇ ਗੱਲਾਂ ਨੂੰ ਵੇਖਦੇ ਹੋਏ ਪੰਜਾਬ ਦੇ ਲੋਕਾਂ ਨੇ ਇੱਕ ਫਤਵਾ ਦਿੱਤਾ ਕਾਂਗਰਸ ਪਾਰਟੀ ਨੂੰ, ਕੈਪਟਨ ਅਮਰਿੰਦਰ ਸਿੰਘ ਦੀ ਮੁੱਖ ਮੰਤਰੀ ਨੂੰ, ਵੀ ਜਿਨ੍ਹਾਂ ਨੇ ਹਰੇਕ ਵਰਗ ਦਾ ਮਤਲਬ ਧਿਆਨ 'ਚ ਰੱਖ ਕੇ ਵਿਕਾਸ ਕੀਤਾ ਗਿਆ। ਅਸੀਂ ਪਿਛਲੇ ਸਮੇਂ ਤੋਂ ਵੀ ਬੜੇ ਤਨਦੇਹੀ ਨਾਲ ਲੱਗੇ ਹੋਏ ਹਾਂ। ਸਾਰੇ ਅਫਸਰ ਸਾਹਿਬਾਨਾਂ ਨੂੰ ਕਿਹਾ ਗਿਆ ਵੀ ਜਿਹੜੇ ਵੀ ਲੋੜਵੰਦ, ਜਿਨ੍ਹਾਂ ਨੂੰ ਘਰਾਂ ਦੇ ਪੈਸੇ, ਜਿਹੜੇ ਘਰ ਜਿਨ੍ਹਾਂ ਦੇ ਡਿੱਗੇ ਪਏ ਆ, ਖਰਾਬ ਹੋ ਪਏ ਆ, ਉਹਨਾਂ ਵਾਸਤੇ 1.5 ਲੱਖ ਰੁਪਈਆ ਅਸੀਂ ਮੁਹੱਈਆ ਕਰਨ ਜਾ ਰਹੇ ਹਾਂ। ਅੱਜ ਵੀ ਮੇਰੇ ਖਿਆਲ ਦੇ ਕੋਈ 50 ਕੁ ਲੱਖ ਰੁਪਈਏ ਦੇ ਆਸੇ ਪਾਸੇ, ਅੱਜ 50 ਕੇਸ ਅਤੇ 18 ਲੱਖ ਰੁਪਈਏ ਦੇ ਆਸੇ ਪਾਸੇ ਅਸੀਂ ਉਹਨਾਂ ਨੂੰ ਅੱਜ ਕਿਸ਼ਤਾਂ ਦੇਣ ਜਾ ਰਹੇ ਹਾਂ, ਤਾਂ ਜੋ ਆਪਣੇ ਲੋੜਵੰਦ ਜਿਹੜੇ ਪਰਿਵਾਰ ਹੈ ਉਹ ਆਪਣੇ ਘਰਾਂ ਨੂੰ ਮੁਰੰਮਤ ਅਤੇ ਆਪਣੇ ਘਰ ਠੀਕ ਕਰ ਸਕਣ। ਅੱਜ ਇਸ ਕਰਕੇ ਉਹਨਾਂ ਵਾਸਤੇ ਵੀ ਸਪੈਸ਼ਲ ਅਸੀਂ ਗ੍ਰਾਂਟ ਦੇਣ ਵਾਸਤੇ ਆ ਰਹੇ ਹਾਂ। ਕੋਈ ਵੇਖੋ, ਜਿਹੜੇ ਇਹੋ ਜਿਹੇ ਪ੍ਰੋਜੈਕਟ ਹੁੰਦੇ ਆ, ਬਹੁਤ ਸੈਂਟਰ ਗੌਰਮੈਂਟ ਸਾਡੇ ਨਾਲ ਹਰੇਕ ਗੱਲ 'ਚ ਵਿਤਕਰਾ ਕਰਦੀ ਹੈ। ਪਿਛਲੇ 2-2.5-3 ਸਾਲਾਂ ਦੇ ਵਿੱਚ ਉੱਥੇ ਜਿਹੜਾ ਪ੍ਰੋਜੈਕਟ ਬੇਵਜ੍ਹਾ ਉੱਥੇ ਸਾਨੂੰ ਲਮਕਾਇਆ ਗਿਆ ਸੀ, ਕਈ ਕਾਰਨ ਇਹ ਸੀ। ਇੱਥੋਂ ਦੇ ਜਿਹੜੇ ਆਪੋਜੀਸ਼ਨ, ਸਾਡੇ ਆਪੋਨੈਂਟ ਨੇ ਸਾਬਕਾ ਮੰਤਰੀ ਜੀ, ਜਿਨ੍ਹਾਂ ਦੀ ਗੱਲ ਬੜੀ ਹਜ਼ਮ ਨਹੀਂ ਸੀ ਆਉਂਦੀ ਵੀ ਜੇ ਪੁਲ ਬਣ ਗਿਆ ਤਾਂ ਕਾਂਗਰਸ ਪਾਰਟੀ ਦੀ ਬਹੁਤ ਗੱਲ ਬਣੂਗੀ ਲੋਕਾਂ ਦੇ ਵਿੱਚ। ਲੋਕਾਂ ਨੇ ਇਸ ਗੱਲ ਦੀ ਚੰਗਾ ਮੰਨਣਾ ਔਰ ਬਹੁਤ ਵੱਡਾ ਕੰਮ ਸੀ, ਉਹਨਾਂ ਨੇ ਬੜੀ ਮਤਲਬ ਗਲਤ ਤਰੀਕੇ ਨਾਲ 200-250-300 ਬੰਦਿਆਂ ਦੇ ਜਾਅਲੀ ਸਾਈਨ ਕਰਕੇ ਉੱਥੇ ਸੈਂਟਰ ਗੌਰਮੈਂਟ, ਜਦੋਂ ਇਹਨਾਂ ਦਾ ਭਾਈਵਾਲ ਸਰਕਾਰ ਸੀ, ਜਦੋਂ ਇਹ ਭਾਈਵਾਲ ਨਾਲ ਸਨ ਉਹਨਾਂ ਦੇ, ਉੱਥੇ ਜਾ ਕੇ ਇਸ ਪੁਲ ਨੂੰ ਇਸ ਢੰਗ ਨਾਲ ਦੱਸਿਆ ਗਿਆ ਵੀ ਇਹ ਪੁਲ ਬੜਾ ਗਲਤ ਬਣ ਰਿਹਾ, ਸ਼ਹਿਰ ਬੜਾ ਖਰਾਬ ਹੋ ਜੂਗਾ, ਬੜੀ ਰਿਜੈਂਟਮੈਂਟ ਹੈ ਸ਼ਹਿਰ ਦੇ ਵਿੱਚ। ਇਹ ਜੀ ਇੱਕ ਦਰਖਾਸਤ ਦੇ ਕੇ, ਐਪਲੀਕੇਸ਼ਨ ਦੇ ਕੇ ਉੱਥੇ ਸਾਡੀ ਜਿਹੜੀ ਇਹ ਫਾਈਲ ਰੋਕੀ ਗਈ ਸੀ, ਜਿਹੜੀ ਕਿ ਹੁਣ ਬੜੇ ਮਿਹਨਤ ਨਾਲ ਉਸ ਫਾਈਲ ਨੂੰ ਸਹੀ ਕੀਤਾ ਗਿਆ, ਸਹੀ ਕਰਕੇ ਹੁਣ ਉਹਨੂੰ ਸਹੀ ਲਾਈਨ 'ਤੇ ਤੋਰਿਆ ਗਿਆ, ਜਿਹੜਾ ਕਿ ਹੁਣ ਟੈਂਡਰ ਲੱਗਣ ਦੀਆਂ ਤਿਆਰੀਆਂ ਹੋ ਚੁੱਕੀਆਂ ਨੇ। ਫੰਡਸ ਦੀ ਥੋੜ੍ਹੀ ਜਿਹੀ ਕਮੀ ਸੀ, ਫੰਡਸ ਵੀ ਅਰੇਂਜ ਕਰਾ ਚੁੱਕੇ ਹਾਂ। ਇਹ ਪ੍ਰੋਜੈਕਟ ਹੁਣ ਵਧਾ ਕੇ ਪਹਿਲਾਂ ਨਾਲੋਂ ਬੜੇ ਅੱਗੇ ਪੈਸਿਆਂ 'ਤੇ ਚੱਲਿਆ ਗਿਆ, ਹੁਣ ਇਹ ਪ੍ਰੋਜੈਕਟ 64 ਕਰੋੜ ਰੁਪਈਏ ਦਾ ਹੋਇਆ।
ਜਿਹੜਾ ਕਿ 50 ਕਰੋੜ ਰੁਪਈਆ ਸਾਨੂੰ ਮਨਜ਼ੂਰ ਹੋ ਚੁੱਕਿਆ, ਜਸਟ ਮੇਰੇ ਖਿਆਲ 'ਚ 20-25 ਦਿਨਾਂ ਦੇ ਵਿੱਚ ਇਹਦਾ ਟੈਂਡਰ ਲੱਗ ਕੇ ਕੰਮ ਸ਼ੁਰੂ ਹੋ ਜਾਊਗਾ। ਰਾਮਪੁਰਾ ਫੂਲ ਤੋਂ ਬਿਊਰੋ ਚੀਫ ਜਸਵੀਰ ਔਲਖ ਦੀ ਰਿਪੋਰਟ, N7 ਨਿਊਜ਼। Are you worried about your child's future? Then here is a golden chance to join Doon Senior Secondary Public School for bright future of your child. Best education is provided here with reasonable fee structure, finest environment, well-managed labs of physics, chemistry and biology, special quota classes for plus one and plus two students. Admission open from now for nursery to 9th and plus one in commerce, arts and medical stream. Join Doon Senior Secondary Public School, Karyadwala, District Bathinda. Contact on 94179-40107 and 99884728-57. For your child's bright future and to enhance your child's knowledge, take them to Bhartiya Model Senior Secondary School, CBSE affiliated. Admissions are open from nursery to 12th with medical, arts and commerce stream with affordable fee. Available facilities are fully air-conditioned classrooms, well-educated and cooperative staff, healthy environment for your child's better upbringing, faculty of kindergarten, physics, chemistry and mathematics lab, extracurricular activities like yoga classes, meditation sessions, athletic meet. Admission open, limited seats. Do hurry. For the further inquiry, contact on 01651220279 and 01651221279. Finding for a school to enroll in? Do you want to enhance your skills and abilities? Don't worry. Lala Kasturi Lal Sarvatkari Senior Secondary Vidya Mandir, affiliated to CBSE, offers you complete facilities of computer lab, high quality education, friendly environment with affordable fee structure and faculty of Shishu Vatika for kids. Admission open from now for LKG to 9 and plus 1 in all streams. What are you waiting for? Build your child future at Lala Kasturi Lal Sarvatkari Senior Secondary Vidya Mandir, Mehraj Road, Rampura Phool, District Bathinda. Contact on 01651505076 and 505077.